ਬੀ ਪ੍ਰਾਕ ਇੱਕ ਅਜਿਹਾ ਨਾਮ ਜੋ ਕਿ ਪਹਿਚਾਨਿਆ ਜਾਂਦਾ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਪਣੇ ਸੈਡ ਤੇ ਲਵ ਸੌਂਗਸ ਦੇ ਲਈ ਹੁਣ ਜੁੜਨ ਜਾ ਰਿਹਾ ਹੈ ਬਾਲੀਵੁੱਡ ਦੇ ਨਾਲ। ਜੀ ਹਾਂ, ਬੀ ਪ੍ਰਾਕ ਬਣ ਗਏ ਨੇ ਅਕਸ਼ੇ ਕੁਮਾਰ ਦੀ ਆਉਣ ਵਾਲੀ ਮੂਵੀ ਕੇਸਰੀ ਦਾ ਹਿੱਸਾ। ਦੱਸ ਦਈਏ ਤੁਹਾਨੂੰ ਕਿ ਇਸ ਗਾਣੇ ਦੇ ਨਾਲ ਬੀ ਪ੍ਰਾਕ ਕਰ ਰਹੇ ਨੇ ਬਾਲੀਵੁੱਡ ਦੇ ਵਿੱਚ ਡੈਬਿਊ। ਬੀ ਪ੍ਰਾਕ ਨੇ ਇਸ ਗੱਲ ਦੀ ਇਨਫੋਰਮੇਸ਼ਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਇੱਕ ਸਟੇਟਸ ਪਾ ਕੇ ਦਿੱਤੀ, ਜਿਸ ਵਿੱਚ ਉਹ ਲਿਖਦੇ ਨੇ, ਹੈਪੀ ਟੂ ਅਨਾਊਂਸ ਮਾਈ ਫਰਸਟ ਬਾਲੀਵੁੱਡ ਟਰੈਕ ਐਜ਼ ਅ ਸਿੰਗਰ ਇਨ ਕੇਸਰੀ। ਬਹੁਤ ਮਾਣ ਵਾਲੀ ਗੱਲ ਮਹਿਸੂਸ ਹੋ ਰਹੀ ਹੈ ਕਿ ਪਹਿਲਾ ਗਾਣਾ ਜਿਹੜਾ ਮੈਂ ਗਾਇਆ ਉਹ ਵੀ ਆਪਣੇ ਦੇਸ਼ ਲਈ। ਕਾਂਟ ਥੈਂਕ ਯੂ ਇਨਫ ਟੂ ਅਜ਼ੀਮ ਦਿਆਨੀ ਭਾਈ, ਅਕਸ਼ੇ ਕੁਮਾਰ ਭਾਜੀ, ਕਰਨ ਜੋਹਰ ਸਰ ਫੋਰ ਮੇਕਿੰਗ ਮੀ ਪਾਰਟ ਆਫ ਦਿਸ ਹਿਊਜ ਵੈਂਚਰ, ਐਂਡ ਥੈਂਕਸ ਟੂ ਆਲ ਮਾਈ ਫੈਨਸ ਐਂਡ ਫੈਮਿਲੀ ਹੂ ਹੈਜ਼ ਆਲਵੇਜ਼ ਬੀਨ ਮਾਈ ਸਾਈਡ। ਬੀ ਪ੍ਰਾਕ ਨੇ ਤਾਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਈ ਹੈ, ਪਰ ਤੁਹਾਨੂੰ ਕੀ ਲੱਗਦਾ ਇਸ ਗਾਣੇ ਦੇ ਨਾਲ ਬਾਲੀਵੁੱਡ ਦੇ ਵਿੱਚ ਬੀ ਪ੍ਰਾਕ ਆਪਣੀ ਪਹਿਚਾਨ ਕਿਸ ਤਰੀਕੇ ਨਾਲ ਬਣਾ ਪਾਣਗੇ? ਕਮੈਂਟ ਕਰਕੇ ਜ਼ਰੂਰ ਦੱਸਣਾ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ, ਤੇ ਨਵੇਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।